ਮਿਸਲ ਫਕੀਰਾਂ ਗਾਖੜੀ ਥੋੜ੍ਹੀ ਔਖੀ ਆ। ਅੰਮ੍ਰਿਤ ਵੇਲੇ ਉੱਠਣਾ ਪੈਂਦਾ ਹੈ, ਇਸ਼ਨਾਨ ਕਰਨਾ ਪੈਂਦਾ ਹੈ, ਕੋਈ ਪੈਸਾ ਕਿਸੇ ਦਾ ਖਾਣਾ ਨਹੀਂ, ਕਿਸੇ ਦਾ ਹੱਕ ਨਹੀਂ ਮਾਰਨਾ, ਕਿਸੇ ਨੂੰ ਬੁਰਾ ਬੋਲਣਾ ਨਹੀਂ, ਕਿਸੇ ਦੇ ਜ਼ੋਰ ਜ਼ੁਲਮ ਫੂਲੇ ਘਣੋ, ਜ਼ੋਰ 'ਤੇ ਜ਼ੁਲਮ ਨਹੀਂ ਕਰਨਾ। ਆਖੋ ਵਾਹਿਗੁਰੂ, ਆਪਣੇ ਗੁਰੂ ਦਾ ਬਚਨ ਚੇਤੇ ਰੱਖਦੇ ਜ਼ੋਰ ਕੀ ਆ। ਇਹਨਾਂ ਦੀ ਜਥੇਬੰਦੀ ਨੇ ਕਿੱਥੇ ਜ਼ੋਰ ਨਹੀਂ ਕੀਤਾ। ਆਖੋ ਵਾਹਿਗੁਰੂ, ਕਿੱਥੇ ਕਿਸੇ ਗਰੀਬ ਨੂੰ ਲੁੱਟਣ ਲੱਗਿਆ ਇਹਨਾਂ ਜ਼ੋਰ ਨਹੀਂ ਕੀਤਾ। ਆਖੋ ਵਾਹਿਗੁਰੂ। ਜਸਟਿਸ ਕੀ ਸੀ? ਧਿਆਨ ਦਿਓ, ਥਾਣਿਆਂ ਨੂੰ ਆਜ਼ਾਦ ਰਹਿਣ ਦਿੰਦੇ, ਉਹਨਾਂ ਨੂੰ ਸੱਚ ਅਤੇ ਝੂਠ ਦਾ ਨਿਆਂ ਆਪ ਕਰਨ ਦਿੰਦੇ। ਇੱਥੇ ਜਿਹੜਾ ਝੂਠਾ ਵੀ ਆ ਉਹਦੇ ਪਿੱਛੇ ਫੋਨ ਆ ਜਾਂਦਾ ਕਿ ਨਹੀਂ, ਬੋਲੋ ਨਾ ਗੁਰੂ ਕਿਸੇ ਵੀ ਇਹਦੇ 'ਤੇ ਪਰਚਾ ਨਹੀਂ ਕੱਟਣਾ। ਜਿਹੜਾ ਵਿਚਾਰਾ ਸੱਚਾ ਖਲੋਤਾ ਹੈ ਉਹਦੇ ਲਈ ਫੋਨ ਆ ਜਾਣਾ, ਇਹਦੇ 'ਤੇ ਪਰਚਾ ਕੱਟ ਦਿਓ। ਜਿਹੜੇ ਪਰਚੇ ਕਟਾਉਣ ਵਾਲੇ, ਜੇ ਤੁਸੀਂ ਸੁਣੋ ਗੁਰੂ ਦੇ ਸ਼ਬਦ ਦਾ ਮੈਸੇਜ ਕੀ ਮਨੁੱਖਤਾ ਨੂੰ, ਆਖੋ ਵਾਹਿਗੁਰੂ। ਜਿਹੜੇ ਤੁਸੀਂ ਅੱਜ ਇਹ ਜ਼ੋਰ ਕਰ ਰਹੇ ਹੋ, ਜ਼ੁਲਮ ਕਰ ਰਹੇ ਹੋ, ਜ਼ੋਰ ਕੀਆ ਸੋ ਜ਼ੁਲਮ ਹੈ, ਨਹੀਂ ਪਤਾ ਲੱਗਾ ਜੀ, ਪਕੜੋ, ਜ਼ੋਰ ਕੀਆ ਕਿਸੇ 'ਤੇ ਵੀ ਕੀਤਾ, ਜੇ ਤੁਸੀਂ ਨਹੁੰ 'ਤੇ ਵੀ ਕਰ ਰਹੇ ਹੋ ਨਾ ਤਾਂ ਉਹ ਜ਼ੁਲਮ ਆ। ਗਵਾਂਢੀ 'ਤੇ ਕਰ ਰਹੇ ਹੋ ਜ਼ੋਰ ਅਤੇ ਉਹ ਵੀ ਜ਼ੋਰ ਕੀਆ ਸੋ ਜ਼ੁਲਮ ਹੈ, ਲੇ ਜਵਾਬ ਖੁਦਾਏ, ਲੇ ਠਾਕੁਰ ਇਹਦਾ ਜਵਾਬ ਮੰਗਦਾ। ਗਰੀਬ ਮਾਰ ਕੀਤੀ, ਆਖੋ ਵਾਹਿਗੁਰੂ। ਇਹਨਾਂ ਦੀ ਹੁਣ ਉਹ ਹਾਲਤ ਹੋਈ, ਗਰੀਬਾਂ ਉੱਪਰ ਜੇ ਖਿਜੇ ਦਾੜੀ, ਜੋ ਗਰੀਬਾਂ 'ਤੇ ਜ਼ੋਰ ਕਰਦੀ ਰਹੀ ਦਾੜੀ, ਪਾਰ ਬ੍ਰਹਮ ਸਾ ਅਗਨਮੈ ਸਾੜੀ, ਆਖੋ ਵਾਹਿਗੁਰੂ। ਉਹ ਵੀ ਸੀ ਜਿਹਨਾਂ ਦਾ ਨਾਮ ਸੁਣਿਆ ਠੰਡ ਪੈਂਦੀ ਸੀ। ਕਰਤੂਤ ਦੀ ਗੱਲ ਕਰ ਰਹੇ ਹਾਂ, ਜਿਹੜੇ ਬੰਦੇ ਕਰਤੂਤ ਮਾੜੀ ਕਰਦੇ, ਆਖੋ ਵਾਹਿਗੁਰੂ। ਜ਼ੋਰ ਕੀਆ ਸੋ ਜ਼ੁਲਮ ਹੈ, ਲੇ ਜਵਾਬ, ਖੁਦਾ ਜਵਾਬ ਮੰਗਦਾ ਏ। ਰੱਬ ਨੇ ਹਰ ਉਸ ਸੱਸ ਕੋਲੋਂ ਵੀ ਮੰਗਣਾ ਏ, ਉਸ ਮੁੱਖ ਮੰਤਰੀ ਕੋਲੋਂ ਵੀ ਮੰਗਣਾ ਏ, ਉਸ ਥਾਣੇਦਾਰ ਕੋਲੋਂ ਵੀ ਮੰਗਣਾ ਏ, ਉਸ ਵਕੀਲ ਉਸ ਜੱਜ ਕੋਲੋਂ ਵੀ ਮੰਗਣਾ ਏ ਜਿਹਨੇ ਜ਼ੁਲਮ ਕੀਤਾ। ਇੱਕ ਬੰਦੇ ਨੇ ਆਪਣੀ ਪਤਨੀ 'ਤੇ ਜ਼ੁਲਮ ਕੀਤਾ ਅਤੇ ਉਹਦੇ ਕੋਲੋਂ ਵੀ ਮੰਗਣਾ ਏ, ਇੱਕ ਪਤਨੀ ਨੇ ਆਪਣੇ ਪਤੀ ਉੱਤੇ ਕੀਤਾ ਅਤੇ ਉਹਦੇ ਕੋਲੋਂ ਵੀ ਮੰਗਣਾ ਏ। ਆਖੋ ਵਾਹਿਗੁਰੂ, ਗੱਜ ਕੇ ਬੋਲੋ। ਮੇਰੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜ਼ੁਲਮ ਕਰਨ ਵਾਲਿਆਂ 'ਚ ਸ਼ਾਮਿਲ ਹੋਣਾ ਕੋਈ ਔਖਾ ਨਹੀਂ, ਹਾਜ਼ਰ ਹੋ। ਜ਼ੁਲਮ ਕਰਨ ਵਾਲਿਆਂ, ਜ਼ੋਰ ਕਰਨ ਵਾਲਿਆਂ 'ਚ, ਨਸ਼ੇ ਕਰਨ ਵਾਲਿਆਂ 'ਚ ਸ਼ਾਮਿਲ ਹੋਣਾ ਕੋਈ, ਮਗਰ ਇੱਕ ਔਖਾ ਹੈ, ਫਕੀਰਾਂ ਦੀ ਮਿਸਲ ਵਿੱਚ ਦਾਖਲਾ ਲੈਣਾ, ਗੁਰਸਿੱਖਾਂ ਦੀ ਮਿਸਲ ਵਿੱਚ ਦਾਖਲਾ ਲੈਣਾ।